ਲਾ ਐਂਡ ਆਰਡਰ ਤਾਂ ਖਤਮ ਹੀ ਹੋ ਗਿਆ ਨਾ, ਬੰਬ ਚੱਲਣ ਲੱਗ ਪਏ, ਜਥੇਦਾਰ ਤੇ ਹਮਲਾ ਹੋ ਗਿਆ, ਤੁਸੀਂ ਆਦੇ ਹੋ ਗੁਟਕੇ ਸਾਹਿਬ ਤੇ ਸਾਰਾ ਕੁਝ ਹੋ ਰਿਹਾ। ਇਹ ਮਤਲਬ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਆਪਣੇ ਹਲਕੇ ਦੇ ਪਿੰਡ ਲੰਬੀ ਪਹੁੰਚੇ ਸਨ, ਜਿੱਥੇ ਉਹਨਾਂ ਨੇ ਪਹੁੰਚ ਕੇ ਪੰਜਾਬ ਕਾਂਗਰਸ ਦੇ ਉੱਤੇ ਵੱਡੇ ਨਿਸ਼ਾਨੇ ਸਾਧੇ ਨੇ। ਇਸ ਮੌਕੇ ਉਹਨਾਂ ਨੇ ਅੱਜ ਸਾਬਕਾ ਜਥੇਦਾਰ ਦੇ ਘਰ ਜਿਹੜੀ ਫਾਇਰਿੰਗ ਹੋਈ ਹੈ ਉਸ ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਚੁੱਕੀ ਹੈ, ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ। ਜਥੇਦਾਰ ਪ੍ਰਤਾਪ ਸਿੰਘ ਦੇ ਘਰ ਹੋਏ ਹਮਲੇ ਦੇ ਉੱਤੇ ਉਹਨਾਂ ਨੇ ਸਿੱਧੇ ਤੌਰ 'ਤੇ ਪੰਜਾਬ ਕਾਂਗਰਸ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜੋ ਕੇਸ ਚੱਲ ਰਿਹਾ ਉਸ ਮਾਮਲੇ ਦੇ ਉੱਤੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਬਦਲਾਖੋਰੀ ਦੀ ਨੀਤੀ ਦੇ ਨਾਲ ਅਕਾਲੀ ਦਲ ਦੇ ਉੱਤੇ ਇਹ ਸਾਰੇ ਇਲਜ਼ਾਮ ਲਗਾ ਰਹੀ ਹੈ ਅਤੇ ਆਪਣੇ ਬਦਲੇ ਲੈ ਰਹੀ ਹੈ। ਹੋਰ ਕੀ ਕੁਝ ਕਿਹਾ ਇਹਨਾਂ ਸਾਰੇ ਵੱਡੇ ਮਾਮਲਿਆਂ ਦੇ ਉੱਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰੀ ਸੁਣ ਲੈਂਦੇ ਹਾਂ। ਨਹੀਂ, ਇਲੈਕਸ਼ਨ ਤਾਂ ਦੇਖੋ ਇਲੈਕਸ਼ਨ ਕਮਿਸ਼ਨ ਦੇ ਬਸ ਹੈ, ਠੀਕ ਹੈ। ਇਲੈਕਸ਼ਨ ਕਮਿਸ਼ਨ ਵੀ ਸਰਕਾਰ ਦੇ ਅਸਰ 'ਚ ਹੀ ਹੁੰਦੇ ਹੈ, ਪਰ ਮੇਰਾ ਨਹੀਂ ਖਿਆਲ ਕਿ ਪੋਸਟਪੋਨ ਕਿਸ ਤਰ੍ਹਾਂ ਦੀ ਉਮੀਦ ਹੋਣੀ, ਉਮੀਦ ਜਿਤਾ ਰਹੇ ਹੈਗੇ ਤੁਸੀਂ ਵੀ ਨਹੀਂ ਹੋਣੇ ਚਾਹੀਦੇ ਹੈਗੇ ਵੀ ਸਰਕਾਰਾਂ ਜੇਕਰ ਬੀਜੇਪੀ ਜਿਹੜਾ ਹੈਗਾ ਆਪਣੇ ਪੈਰ ਜਮਾਉਣ ਦੀ ਖਾਤਰ ਇੱਥੇ ਕੋਈ ਚਾਹਤ ਵੀ ਰੱਖ ਸਕਦੀ ਹੈ? ਦੇਖੋ, ਮੈਂ ਇਹ ਗੱਲਾਂ ਕਿਸੇ ਪਾਰਟੀ ਕੀ ਕਰਦੀ ਹੈ, ਹਰ ਪਾਰਟੀ ਦਾ ਹੱਕ ਹੈ ਕਿ ਆਪਣੀ ਗੱਲ, ਇਹ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਹੜੀ ਪਾਰਟੀ ਸਾਡੇ ਹਮਦਰਦ ਹੈ, ਕਿਹੜੀ ਸਾਡੇ ਖਿਲਾਫ਼ ਹੈ, ਪਿਛਲਾ ਰਿਕਾਰਡ ਕਿਸੇ ਦਾ ਕੀ ਹੈ, ਹੁਣ ਕੋਈ ਕੀ ਕਰ ਰਿਹਾ ਹੈ। ਅੱਜ ਕੱਲ੍ਹ ਲੋਕ ਸਭ ਚੀਜ਼ ਸਮਝਦੇ, ਹਰ ਘਰ 'ਚ ਟੈਲੀਵਿਜ਼ਨ ਹੈ, ਅਖਬਾਰ ਵੀ ਪੜ੍ਹਦੇ ਹੈ, ਇਸ ਕਰਕੇ ਲੋਕ ਸਮਝਦੇ ਆ ਵੀ ਸਾਡੀ ਪਾਰਟੀ ਜਿਹੜੀ ਹਮਦਰਦ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ। ਬਸ ਇਹ ਗੱਲ, ਜਥੇਦਾਰ ਸਾਬਕਾ ਜਥੇਦਾਰ ਪ੍ਰਤਾਪ ਸਿੰਘ ਦੇ ਇੱਕ ਪਰਿਵਾਰ ਦੇ ਉੱਤੇ ਜਿਹੜਾ ਹਮਲਾ ਹੋਇਆ ਗਿਆ, ਕਾਤਲਾਨਾ ਹਮਲਾ ਹੋਇਆ, ਉਸ ਜਥੇਦਾਰ ਸਾਬਕਾ ਜਥੇਦਾਰ ਪ੍ਰਤਾਪ ਸਿੰਘ ਦੇ ਪਰਿਵਾਰ ਦੇ ਉੱਤੇ ਹਮਲਾ ਹੋਇਆ, ਅੱਜ ਕਿਸ ਤਰ੍ਹਾਂ ਦੇਖਦਾ ਸਵੇਰੇ? ਅੱਜ ਸਵੇਰੇ, ਹਾਂ ਸਵੇਰੇ ਹੋਇਆ। ਦੇਖੋ, ਮੈਂ ਪੜ੍ਹਿਆ ਨਹੀਂ, ਦੇਖੋ ਮਾਫ ਕਰਨਾ, ਮੈਂ ਅਖਬਾਰ ਲੇਟ ਆਉਂਦੇ ਹੈ ਅਤੇ ਵੇਖੋ ਇਹ ਜੇ ਹਰਕਤਾਂ, ਲਾਅ ਐਂਡ ਆਰਡਰ ਤਾਂ ਖਤਮ ਹੀ ਹੋ ਗਿਆ ਨਾ, ਬੰਬ ਚੱਲਣ ਲੱਗ ਪਏ, ਜਥੇਦਾਰ 'ਤੇ ਹਮਲਾ ਹੋ ਗਿਆ, ਤੁਸੀਂ ਆਦੇ ਹੋ ਗੁਟਕੇ ਸਾਹਿਬ 'ਤੇ ਸਾਰਾ ਕੁਝ ਹੋ ਰਿਹਾ। ਇਹ ਮਤਲਬ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ। ਮਜੀਠੀਆ ਸਾਹਿਬ ਦੇ ਮਾਮਲੇ ਨੂੰ ਲੈ ਕੇ ਜਿਹੜਾ ਹੈਗਾ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੈਗੀ ਹੈ, ਉਸਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਸ ਕੀ? ਦੇਖੋ ਜੀ, ਉਹ ਸਭ ਨੂੰ ਪਤਾ ਵੀ ਇਹ ਬਦਲਾ ਲਓ ਨੀਤੀ ਨਾਲ ਹੀ ਕਰਦੇ ਆ, ਅਤੇ ਮੇਰੇ ਖਿਆਲ ਰਾਹਤ ਮਿਲੂਗੀ ਹਾਈ ਕੋਰਟ 'ਚ। ਕਿਸਾਨ ਸੰਯੁਕਤ ਮੋਰਚਾ ਜਿਹੜਾ ਹੈਗਾ ਇੱਕ ਤੀਸਰੀ ਧਿਰ ਪਾਰਟੀ ਨਾਲ ਰਲਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਹੈਗੀਆਂ ਆਮ ਆਦਮੀ ਪਾਰਟੀ, ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ, ਇਹਨਾਂ ਦੀ ਮਰਜ਼ੀ ਹੈ, ਇਹ ਤਾਂ ਕਿਸੇ ਦੀ ਮਰਜ਼ੀ ਹੈ, ਜੋ ਮਰਜ਼ੀ ਕਰੇ, ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਕਿ ਫੈਸਲਾ ਠੀਕ ਹੈ ਕਿ ਗਲਤ ਹੈ।